बीते दिन ASI भुपिंदर सिंह ने दिमागी फितूर विच अपनी पत्नी बलजीत कौर अते पुत्र बलप्रीत सिंह दा गोलियां मार के कतल करन तों बाद आप भी खुदकुशी कर ली सी, जिन्हां दा अंतिम संस्कार अज उन्हां दे पिंड भुबली विखे कर दिता गया। इस मौके पिंड दे सरपंच परमजीत सिंह अते मृतक दे रिश्तेदारां ने दस्सिया कि इह पिंड लई बहुत ही दुखदाई घटना है। समुचा पिंड अते उन्हां दे रिश्तेदारां विच सोहग दी लहर है। अज इन्हां तिन्हां दा इकट्ठे संस्कार कर दिता गया है। मृतक भुपिंदर सिंह दे रिश्तेदारां ने दस्सिया कि भुपिंदर सिंह दिमागी तौर ते परेशान सी, जिसकी दवाई भी चाह रही सी, पर उसके इस दिमागी फितूर कारण पूरा परिवार तबाह हो गया। बहुत घटना हुई, माड़ी हुई, बहुत ज़्यादा माड़ा है। अज इन्हां दा ही संस्कार करता वा साडे पिंड दे विच, इन्ना रोटी ना किसी ने रोटी पानी किसी ने भी खाता, बहुत माड़ा दुख होया। सारे पिंड ने दुख बहुत ज़्यादा मनाया वा, अं भुख्या नहीं सकते। साडे पिंड जो अज होया वा बहुत माड़ा होया, अं कुछ नहीं किया। बहुत घटना हुई, तुम पता ही है जो होया जी, बहुत माड़ा हो दस नहीं सकते। अं ਤੁਹਾਡੇ ਸਾਹਮਣੇ ਤਿੰਨ ਚਿੱਖਾਂ ਬਣ ਗਈਆਂ ਸਾਡੀ ਪਿੰਡ ਵਿੱਚ। ਇਹੋ ਜਿਹਾ ਮਹਾਰਾਜ ਕਿਸੇ ਦੇ ਨਾ ਕਰੇ, ਵਿਆਰੀ ਦੁਸ਼ਮਣ ਦੇ ਨਾ ਕਰੇ, ਬਣਾ ਵਾਲੀ ਗੱਲ, ਪਰਿਵਾਰ ਸਾਰਾ ਖਤਮ ਹੋ ਗਿਆ, ਹੋਰ ਅਸੀਂ ਕੁਛ ਨਹੀਂ ਕਰਦੇ ਸਰ। ਜੀ ਸਰ, ਹਾਂਜੀ, ਤਿੰਨ ਸਿੰਘਾਂ ਇਕੱਠੀਆਂ ਜੀ। ਅੱਛਾ, ਮੈਨੂੰ ਕਹਿ ਤਾਂ ਬੜਾ ਸ਼ੌਕ ਹੈਗਾ, ਜਿਹਦਾ ਤਾਂ ਪਿਛੋਕੜਾ ਕਿਸੇ ਕੋਲ ਪਤਾ ਨਹੀਂ, ਬੜਾ ਸਦਾ ਪਰਿਵਾਰ ਸੀਗਾ, ਮੈਨੂੰ ਐਜ ਏ ਮੈਂ ਉਹਦਾ ਮਾਮਾ ਸਾਰਾ ਸੀਗਾ, ਸਾਨੂੰ ਅੱਜ ਤੱਕ ਕੋਈ ਸ਼ਿਕਾਇਤ ਹੋਈ ਨਹੀਂ, ਕੋਈ ਸ਼ਿਕਾਇਤ ਨਹੀਂ ਹੈਗੀ। ਇੱਕ ਵਾਰ ਤਾਂ ਕੋਈ ਥੋੜ੍ਹਾ ਸਾਈਕੋ ਜ਼ਰੂਰ ਲੱਗਦਾ ਸੀ ਕਦੀ ਕਦੀ, ਕਦੀ ਜਾਣਾ ਬੈਠਣਾ 10 ਮਿੰਟ ਬਹਿਣਾ 15 ਮਿੰਟ ਬਹਿਣਾ। ਮੈਂ ਸਾਲ 3 ਭਰ ਹੋਣਾ ਸੀਗਾ ਅਤੇ 4 ਵਾਰੀ ਆਈ ਦਾ ਕਿਵੇਂ ਸਾਲ 'ਚ, ਤੋ ਮੈਂ ਆਪ ਹੀ ਕੁੱਕੇ ਕਰਦੇ ਕਈ ਵਾਰ, ਮੈਂ ਆਪ ਅਗਰ ਮੈਂ ਉਵੇਂ ਮੈਂ ਤੁਹਾਨੂੰ ਸੁਣਿਆ, ਮੈਂ ਤੁਹਾਨੂੰ ਸੁਣਿਆ ਚਾਹ ਬਣਾਉਣੀ ਬੜਾ ਐਨੀ ਕਈ ਵਾਰੀ ਦਿਮਾਗੀ ਤੌਰ 'ਤੇ ਫਿਰ ਪ੍ਰੋਬਲਮ ਹੁੰਦੀ ਹੈ, ਇਹੋ ਜਿਹਾ ਦਿਮਾਗੀ ਤੌਰ 'ਤੇ ਹੋ ਸਕਦਾ ਕੋਈ ਹੋਵੇ, ਅਦਰਵਾਈਜ਼ ਕੋਈ ਸਾਨੂੰ ਕੋਈ ਡਾਇਰੈਕਟਲੀ ਓਪਨਲੀ ਕੋਈ ਸਾਨੂੰ ਦਿੱਕਤ, ਮਤਲਬ ਕਾਰਨ ਨਹੀਂ ਸਮਝ ਆਈ ਨਾ ਜੀ। ਕਾਰਨ ਦਾ ਇਹੀ ਆ ਕਿ ਇਸ ਕੋਈ ਜਿਸ ਤਰ੍ਹਾਂ ਕੋਈ ਇੰਸਟੈਂਟਲੀ ਕੋਈ ਉਹਦੇ ਅੰਤ ਆਈ ਆ ਗੱਲ ਕੋਈ, ਅਤੇ ਉਹ ਤਾਂ ਬਤਾਇਆ ਤੋਂ ਹੈਪਨਿੰਗ ਹੋਈ ਆ, ਅਦਰਵਾਈਜ਼ ਕੋਈ ਬੇਟਾ ਹੁਣ ਬਾਹਰ ਹੀ ਇੱਕ ਉਹ ਬੇਟਾ ਰੀਸੈਂਟ ਜਨਵਰੀ 'ਚ ਗਿਆ ਬਾਹਰ ਜੀ।